ਵਿਆਹ ਵਾਲੇ ਮੁੰਡੇ ਨੇ ਕੀਤਾ ਅਜਿਹਾ ਕੰਮ ਜਿਸਨੇ ਵੀ ਦੇਖਿਆ ਬਸ ਦੇਖਦਾ ਹੀ ਰਹਿ ਗਿਆ। ਦੋਸਤੋ, ਅਕਸਰ ਹੀ ਜਿੱਥੇ ਇੱਕ ਪਾਸੇ ਵਿਆਹਾਂ ਤੇ ਪੈਸੇ ਪਾਣੀ ਵਾਂਗ ਬਹਾ ਦਿੱਤੇ ਜਾਂਦੇ ਨੇ, ਉੱਥੇ ਹੀ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਇੱਕ ਮੋਟਰਸਾਈਕਲ ਤੇ ਜਾਂਦੇ ਦਿਖਾਈ ਦੇ ਰਹੇ ਨੇ। ਦਰਅਸਲ ਇਹ ਮੁੰਡਾ ਵਿਆਹ ਹੋਣ ਤੋਂ ਬਾਅਦ ਆਪਣੀ ਘਰਵਾਲੀ ਨੂੰ ਕਿਸੇ ਮਹਿੰਗੀ ਡੋਲੀ ਵਾਲੀ ਕਾਰ ਵਿੱਚ ਨਹੀਂ, ਸਗੋਂ ਆਪਣੇ ਮੋਟਰਸਾਈਕਲ ਤੇ ਹੀ ਵਿਦਾ ਕਰਾ ਕੇ ਆਪਣੇ ਘਰ ਲੈ ਆਉਂਦਾ ਏ। ਸੋ ਇੱਕ ਪਾਸੇ ਜਿੱਥੇ ਲੱਖਾਂ ਰੁਪਇਆ ਲਾ ਕੇ ਪੂਰਾ ਦਿਖਾਵਾ ਕਰਕੇ ਵਿਆਹ ਕੀਤੇ ਜਾਂਦੇ ਨੇ, ਉੱਥੇ ਹੀ ਇਸ ਨੌਜਵਾਨ ਨੇ ਬਿਨਾਂ ਦਿਖਾਵੇ ਤੋਂ ਬਿਲਕੁਲ ਹੀ ਸਾਦਾ ਵਿਆਹ ਕੀਤਾ। ਵਿਆਹਾਂ ਵਿੱਚ ਚਾਹੇ ਲੱਖਾਂ ਰੁਪਏ ਖਰਚ ਲਓ, ਚਾਹੇ ਸਾਦੇ ਕਰ ਲਓ, ਪਰ ਨਿਭਾਉਣੀ ਤਾਂ ਚੰਗੇ ਜੀਵਨ ਸਾਥੀ ਨਾਲ ਹੀ ਹੁੰਦੀ ਏ। ਸੋ ਇਸ ਲਈ ਹਮੇਸ਼ਾ ਚੰਗਾ ਜੀਵਨ ਸਾਥੀ ਦੇਖੋ, ਨਾ ਕਿ ਦਾਜ ਦਹੇਜ ਜਾਂ ਕੋਠੀਆਂ ਕਾਰਾਂ। ਲੋਕ ਵੀ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਸਲਾਮ ਹੈ ਇਸ ਨੌਜਵਾਨ ਦੀ ਸੋਚ ਨੂੰ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।